ਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੇ ਭੀ ਸੱਚ ਨਾਨਕ ਹੋਸੀ ਭੀ ਸੱਚ ਗगन दमामा बाजेओ ਪਰਿਓ ਨਿਸ਼ਾਨਾ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨ ਛੜੈ ਖੇਤ ਦੇਹ ਸ਼ਿਵਾ ਬਰ ਮੋਹੇ ਇਹ ਸੁਭ ਕਰਮਨ ਤੇ ਕਬ ਹੂ ਨ ਟਰਉ ਨਾ ਡਰਉ ਅਰਸੋਂ ਜਬ ਜਾਏ ਲਰਉ ਨਿਸ਼ਟ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਨ ਤਉ ਉਚਰੋ ਜਬ ਆਵ ਕਿਉ ਧਨ ਨਿਦਾਨ ਬਨੈ ਅਤਹੀ ਰਣ ਮੈਂ ਤਬ ਜੂਝ ਮਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦਾ ਤਰਸ ਹੋਇਆ ਮਹਾਰਾਜ ਜੀ ਦੀ ਕਿਰਪਾ ਵਰਤੀ ਹੈ ਸਤਿਗੁਰਾਂ ਦੀ ਦਇਆ ਮਇਆ ਸਦਕਾ ਆਪਣੇ ਬਜ਼ੁਰਗਾਂ ਨੂੰ ਆਪਣੇ ਬਡੇਰਿਆਂ ਨੂੰ ਚੇਤੇ ਕਰਨ ਦਾ ਸੁਭਾਗ ਸਮਾਸਾਨੂੰ ਪ੍ਰਾਪਤ ਹੋਇਆ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਆਪਣੇ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਨੂੰ ਜਿਹੜੇ ਪੁੱਤਰ ਕਰਦੇ ਐ ਉਹ ਸੁਪੁੱਤਰ ਹੋ ਜਾਂਦੇ ਹਨ ਸ੍ਰੇਸ਼ਟ ਪੁੱਤਰ ਹੋ ਜਾਂਦੇ ਹਨ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਇਹ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਉਹ ਦਾ ਮਹੀਨਾ ਆਰੰਭ ਹੋਣਾ ਹੈ ਇਹ ਪੋਦੇ ਮਹੀਨੇ ਨੂੰ ਸਾਡੇ ਬਜ਼ੁਰਗ ਸ਼ਹੀਦੀ ਮਹੀਨਾ ਕਹਿੰਦੇ ਹਨ ਇਹ ਸ਼ਹੀਦਾਂ ਦਾ ਮਹੀਨਾ ਹੈ ਇਸ ਮਹੀਨੇ ਵਿੱਚ अनेका ਸ਼ਹਾਦਤਾਂ ਹੋਈਆਂ ਜਿਨ੍ਹਾਂ ਵਿੱਚੋਂ ਚਾਰ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਾਰੇ ਸਹਬਜ਼ਾਦਿਆਂ ਦੀ ਸ਼ਹਾਦਤ ਇਸੇ ਮਹੀਨੇ ਵਿੱਚ ਹੋਈ ਹੈ ਕਥਾ ਦੇਸ ਪਾਵਨ प्रकरण ਨੂੰ ਆਪਾਂ ਪ੍ਰਾਰੰਭ ਕਰਨਾ ਹੈ ਕਿ ਕਿਵੇਂ ਸਤਿਗੁਰੂ ਕਲਗੀ ਤਰਪਾਤਸ਼ਾ ਜੀ ਮਹਾਰਾਜ ਜੀ ਨੇ ਹਿੰਦੁਸਤਾਨ ਦੀ ਜਿਹੜੀ ਜ਼ਾਲਮ ਸਰਕਾਰ ਸੀ ਔਰੰਗੇ ਦੀ ਸਰਕਾਰ ਸੀ ਮਲੇਛਾਂ ਦੀ ਸਰਕਾਰ ਸੀ ਉਸ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੇ ਸੁਬਕਤ ਖਾਲਸੇ ਪੰਥ ਦੀ ਸਾਜਨਾ ਕੀਤੀ ਪੰਥ ਦੀ ਸਾਜਨਾ ਦੇ ਨਾਲ ਵੈਰੀਆਂ ਦੇ ਹਿਰਦਿਆਂ ਦੇ ਵਿੱਚ ਧੜਕਣ ਪੈਦਾ ਹੋ ਗਈ ਕਿ ਸ਼ਸਤਰ ਧਾਰੀ ਸੂਰਮੇ ਛਤਰੀ ਬਿਰਤੀ ਵਾਲੇ ਸੂਰਮੇ ਕਲਗੀ ਤਰਪਾਤਸ਼ਾ ਨੇ ਪੈਦਾ ਕਰ ਦਿੱਤੇ ਹਨ ਉਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਪਰਖ ਵੀ ਕੀਤੀ ਸੀ ਗੁਰਪ੍ਰਤਾਪ ਅੰਦਰੇ ਪਾਵਨ ਬਚਨ ਆਉਂਦੇ ਹਨ ਇਤਿਹਾਸ ਦੀ ਕਥਾ ਵਿੱਚ ਕਿ ਬ੍ਰਾਹਮਣਾ ਨੂੰ ਨਿਯੋਂਦਾ ਦਿੱਤਾ ਗਿਆ ਕਿਉਂਕਿ ਬ੍ਰਾਹਮਣ ਸਾਡੇ ਹਿੰਦੁਸਤਾਨ ਦੇ ਵਿੱਚ ਕਿਸੇ ਸਮੇ ਮੁਖੀ ਹੋ ਕੇ ਆਗੂ ਬਣ ਕੇ ਰਹੇ ਨੇ ਕਲਗੀਧਰ ਪਾਤਸ਼ਾਹ ਜੀ ਨੇ ਬ੍ਰਾਹਮਣਾ ਨੂੰ ਨਿਯੋਂਦਾ ਦੇ ਕੇ ਬ੍ਰਾਹਮਣਾ ਨੂੰ ਸੱਦਾ ਦੇ ਕੇ ਉਹਨਾਂ ਦੀ ਪਰਖ ਕੀਤੀ ਆਖਿਆ ਭਾਈ ਤੁਹਾਨੂੰ ਸਾਰਿਆਂ ਨੂੰ ਭੋਜਨ ਛਕਾਉਣਾ ਜਿਹੜਾ ਤਾਂ ਮਾਸ ਦਾ ਭੋਜਨ ਕਰੇਗਾ ਉਹਨੂੰ ਇੱਕ ਅਸ਼ਰਫੀ ਸੋਨੇ ਦੀ ਦਿੱਤੀ ਜਾਏਗੀ ਔਰ ਜਿਹੜਾ ਵੈਸ਼ ਨੂੰ ਭੋਜਨ ਕਰੇਗਾ ਉਹਨੂੰ 1 ਰੁਪਿਆ ਦਿੱਤਾ ਜਾਏਗਾ ਉਸ ਵਕਤ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਬ੍ਰਾਹਮਣ ਸਨ ਜਿਹੜੀ ਮਾਸ ਖਾਣ ਵਾਲੀ ਪੰਗਤ ਸੀ ਉਹਦੇ ਵਿੱਚ ਬਹਿ ਗਏ ਕੋਈ ਟਾਵਾ ਟਾਵਾ ਬ੍ਰਾਹਮਣ ਸੀ ਜਿਹੜਾ ਵੈਸ਼ ਨੂੰ ਰੋਟੀ ਖਾਣ ਵਾਸਤੇ ਬੈਠਾ ਫਿਰ ਕਲਗੀਧਰ ਪਾਤਸ਼ਾਹ ਨੇ ਦੁਬਾਰਾ ਐਲਾਨ ਕਰਵਾਇਆ ਆਖਿਆ ਭਾਈ ਇੱਕ ਸ਼ਰਫੀ ਉਹਨੂੰ ਮਿਲੇਗੀ ਸੋਨੇ ਦੀ ਜਿਹੜਾ ਵੈਸ਼ਨੂ ਰੋਟੀ ਖਾਵੇਗਾ ਜਿਹੜਾ ਮਾਸ ਦੀ ਰੋਟੀ ਖਾਵੇਗਾ ਉਹਨੂੰ 1 ਰੁਪਇਆ ਪ੍ਰਾਪਤ ਹੋਵੇਗਾ ਤਾਂ ਉਸ ਵਕਤ ਫਿਰ ਇੱਕਦਮ ਉਹ ਪੰਗਤ ਬਦਲ ਕੇ ਦੂਜੇ ਪਾਸੇ ਚਲੇ ਗਏ ਕਲਗੀਆਂ ਵਾਲੇ ਪਾਤਸ਼ਾਹ ਨੇ ਵੇਖਿਆ ਕਿ ਜਿਹੜੇ ਸੋਨੇ ਦੀ ਕਸ਼ਰਫੀ ਪਿੱਛੇ ਆਪਣਾ ਧਰਮ ਡਲਾ ਬੈਠੇ ਹਨ ਇਹ ਤੇਗਾਂ ਤੇ ਸ਼ਮਸ਼ੀਰਾਂ ਪਕੜ ਕੇ ਔਰੰਗਜ਼ੇ ਬਾਦਸ਼ਾਹ ਨਾਲ ਕਿਵੇਂ ਲੜਨਗੇ ਦੂਸਰੀ ਮੀਟਿੰਗ ਰਵਾਲ ਸਰ ਸਾਹਿਬ ਦੀ ਧਰਤੀ ਤੇ ਗੁਰਦੇਵ ਦੀ ਪਹਾੜੀ ਰਾਜਿਆਂ ਦੇ ਨਾਲ ਹੋਈ ਕਿ ਗੁਰਦੇਵ ਨੂੰ ਕਿਤੇ ਕੱਲ ਨੂੰ ਇਹ ਉਲੰਭਾ ਨਾ ਦੇਣ ਕਿ ਤੁਸੀਂ ਜੰਗ ਆਰੰਭ ਕੀਤਾ ਤੇ ਸਾਡੇ ਨਾਲ ਤੁਸੀਂ ਗੱਲਬਾਤ ਨਹੀਂ ਕੀਤੀ ਸਲਾਹ ਨਹੀਂ ਕੀਤੀ ਇਹਨਾਂ ਨਾਲ ਮੀਟਿੰਗ ਕੀਤੀ ਤੇ ਇਹਨਾਂ ਪਹਾੜੀ ਰਾਜਿਆਂ ਨੇ ਵੀ ਅੱਗੋਂ ਇਨਕਾਰ ਕਰ ਦਿੱਤਾ ਸਤਗੁਰਾਂ ਦੇ ਨਾਲ ਇਹਨਾਂ ਨੇ ਹਮੈਤੀ ਹੋ ਕੇ ਮਦਦ ਤਾਂ ਕੀ ਕਰਨੀ ਸੀ ਸਗੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰ ਖਿਲਾਫ ਸਾਜ਼ਿਸ਼ਾਂ ਘੜਨ ਲੱਗੇ ਇਤਿਹਾਸਕਾਰ ਕਹਿੰਦੇ ਆ ਰਾਜੇ ਭੀਮਚੰਦ ਵਰਗੇ ਕਟੋਚੀਏ ਵਰਗੇ ਜਿਹੜੇ ਰਾਜਸਥਾਨ ਇਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਔਰੰਗਜ਼ੇ ਬਾਦਸ਼ਾਹ ਚਲਾਉਂਦਾ ਸੀ ਤੋ ਇਹ ਰਾਜਪੂਤਾਨੇ ਦੇ ਜਿੰਨੇ 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਸਨ ਜਿਨ੍ਹਾਂ ਦੀ ਗੈਰ ਤੰਦਰੋ ਮਰ ਚੁੱਕੀ ਸੀ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਆਪਣੀਆਂ ਰਿਆਸਤਾਂ ਬਚਾਉਣ ਵਾਲੇ ਸਨ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰ ਖਿਲਾਫ ਪੂਤਣ ਲੱਗੇ ਪੰਗਾਣੀ ਦੇ ਜੰਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਨਮੁਖ ਹੋ ਕੇ ਇਹਨਾਂ ਨੇ ਲੜਾਈ ਦੀ ਪ੍ਰారంਭਤਾ ਕੀਤੀ ਪਹਿਲਾ ਜੰਗ ਜਦੋਂ 6ਵੇਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਗਾਣੀ ਦਾ ਲੜਿਆ ਸ੍ਰੀ ਆਨੰਦਪੁਰ ਸਾਹਿਬ ਆਏ ਹੋਰ ਵੀ ਬਹੁਤ ਸਾਰੀਆਂ ਛੋਟੀਆਂ ਜੰਗਾਂ ਇਹਨਾਂ ਪਹਾੜੀ ਰਾਜਿਆਂ ਨਾਲ ਹੁੰਦੀਆਂ ਰਹੀਆਂ ਆਖੀਰ ਨੂੰ ਇਹਨਾਂ ਪਹਾੜੀ ਰਾਜਿਆਂ ਨੇ ਦਿੱਲੀ ਤੋਂ ਮਦਦ ਮੰਗਾਈ ਦਿੱਲੀ ਦੀ ਜਿੰਨੀ ਮੁਗਲ ਸਲਤਨਤ ਦੀ ਫੌਜ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਸੂਬੇ ਸਰਹੰਦ ਦੀ ਜੰਮੂ ਦੀ ਕਸ਼ਮੀਰ ਦੇ ਇਲਾਕੇ ਦੀਆਂ ਜਿੰਨੀਆਂ ਫੌਜਾਂ ਸਨ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਇਹਨਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾਬੰਦੀ ਕੀਤੀ ਘੇਰਾਬੰਦੀ ਦੇ ਦੌਰਾਨ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਦੀਆਂ ਫੌਜਾਂ ਸਿੰਘ ਬੜੀ ਸੂਰਬੀਰਤਾ ਦੇ ਨਾਲ ਇਹਨਾਂ ਦਾ ਮੁਕਾਬਲਾ ਕਰਦੇ ਰਹੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧਿਆਂ ਨੇ ਆਪਣੀਆਂ ਜਾਨਾਂ ਹੱਸ-ਹੱਸ ਕੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਕੁਰਬਾਨ ਕੀਤੀਆਂ ਚਾਰਾਂ ਪਾਸਿਆਂ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾਬੰਦੀ ਸੀ ਬਾਹਰੋਂ ਕੋਈ ਰਸਤਬਸੰਦਰ ਨਹੀਂ ਸੀ ਆਉਣ ਦਿੱਤੀ ਜਾਂਦੀ ਅੰਦਰੋਂ ਕਿਸੇ ਨੇ ਬਾਹਰ ਜਾਣਾ ਉਹਦੇ ਵਾਸਤੇ ਉਹਨਾਂ ਨੂੰ ਖੁੱਲ ਸੀ ਵੀ ਜਿਹੜਾ ਆਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਦਾ ਸਾਥ ਛੱਡ ਕੇ ਜਾਣਾ ਚਾਹੁੰਦਾ ਜਾ ਸਕਦਾ ਹੈ ਪਰ ਬਾਹਰੋਂ ਕਿਸੇ ਪ੍ਰਕਾਰ ਦੀ ਰਸਤਬਸੰਦਰ ਆਉਣ ਦੀ ਮਨਾਹੀ ਸੀ ਪਰ ਸਿੰਘ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨਾਲ ਬੜੀ ਸੂਰਬੀਰਤਾ ਨਾਲ ਇਹਨਾਂ ਪਹਾੜੀਆਂ ਦਾ ਮੁਕਾਬਲਾ ਕਰਦੇ ਰਹੇ ਮੋਗਲਾਂ ਦਾ ਮੁਕਾਬਲਾ ਕਰਦੇ ਰਹੇ ਔਰ ਜਦੋਂ ਕਿਤੇ ਸਮਾਂ ਮਿਲਣਾ ਰਾਤ ਬਰਾਤੇ ਸਿੰਘਾਂ ਨੇ ਸ਼ੇਰ ਪੰਜਾ ਮਾਰਨਾ ਖਾਲਸੀ ਬੋਲੇ ਵਿੱਚ ਸ਼ੇਰ ਪੰਜਾ ਕਹਿੰਦੇ ਹਨ ਕਿ ਹੱਲੇ ਦੇ ਨਾਲ ਜਾ ਕੇ ਵੈਰੀ ਤੇ ਟੁੱਟ ਕੇ ਪੈ ਜਾਣਾ ਉਹਨਾਂ ਦੀਆਂ ਰਸਤਾ ਬਸਤਾਂ ਜਿਹੜੀਆਂ ਨੂੰ ਚੁੱਕ ਕੇ ਕਿਲੇ ਅੰਦਰ ਲੈ ਆਉਣੀਆਂ ਇਹ ਸਿਲਸਿਲਾ ਤਕਰੀਬਨ 8 ਤੋਂ 9 ਮਹੀਨਿਆਂ ਤੱਕ ਚੱਲਦਾ ਰਿਹਾ ਸ੍ਰੀ ਅਨੰਦਪੁਰ ਸਾਹਿਬ ਦੀਆਂ ਛੋਟੀਆਂ ਜੰਗਾਂ ਪਹਿਲਾਂ ਵੀ ਹੋ ਚੁੱਕੀਆਂ ਸਨ ਇਹ ਸਭ ਤੋਂ ਵੱਡੀ ਜੰਗ ਸੀ ਕਿ ਤਕਰੀਬਨ 8 ਮਹੀਨੇ ਤੋਂ ਵੀ ਵੱਧ ਸਮਾਂ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਘੇਰਾਬੰਦੀ ਰਹੀ ਹੈ ਬੜਾ ਔਖਾ ਸਮਾਂ ਖਾਲਸੇ ਨੇ ਉਸ ਵੇਲੇ ਬਤੀਤ ਕੀਤਾ ਔਰ ਦਰਖਤਾਂ ਦੀਆਂ ਛੱਲਾਂ ਤੱਕ ਵੀ ਸਿੰਘਾਂ ਨੂੰ ਉਬਾਲ ਕੇ ਖਾੜੀਆਂ ਪੀਣੀਆਂ ਪਈਆਂ ਪਰ ਸਿੰਘ ਧਨਸਨ ਜਿਨ੍ਹਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿੱਖੀ ਨੂੰ ਆਪਣੇ ਹਿਰਦੇ 'ਚ ਪਰਪੱਕ ਰੱਖਿਆ ਆਖੀਰ ਨੂੰ ਇਹਨਾਂ ਕਾਜ਼ੀਆਂ ਮੌਲਵੀਆਂ ਨੇ ਔਰ ਪਹਾੜੀਆਂ ਨੇ ਝੂਠੀਆਂ ਕਸਮਾਂ ਖਾਧੀਆਂ ਕਿ ਗੁਰੂ ਜੀ ਤੁਸੀਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ ਕਿਉਂਕਿ ਇਹ ਵੀ 8 ਮਹੀਨਿਆਂ ਤੋਂ ਬੈਠੇ ਸੀ ਚਾਰੇ ਪਾਸੇ ਘੇਰਾਬੰਦੀ ਕਰਕੇ ਪਰੇਸ਼ਾਨ ਤਾਂ ਇਹ ਵੀ ਸਨ ਪਰ ਇਹਨਾਂ ਦੀ ਇੱਜ਼ਤ ਜਾਂਦੀ ਸੀ ਜੇ ਇਦਾਂ ਉੱਠ ਕੇ ਜਾਂਦੇ ਸਨ ਇਹਨਾਂ ਆਖਿਆ ਜੀ ਤੁਸੀਂ ਇੱਥੋਂ ਚਲੇ ਜਾਓ ਤੁਹਾਡੀ ਕਿਸੇ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਆਟੇ ਦੀਆਂ ਗਊਆਂ ਬਣਾ ਕੇ ਮਹਾਰਾਜ ਜੀ ਦੇ ਕੋਲ ਭੇਟ ਕੀਤੀਆਂ ਕੁਰਾਨ ਦੇ ਉੱਤੇ ਕਸਮ ਲਿਖ ਕੇ ਮਹਾਰਾਜ ਜੀ ਦੇ ਕੋਲ ਭੇਜੀ ਜੀ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਜਿਹੜਾ ਕਸਮਾ ਖਾਂਦਾ ਹੈ ਕਸਮਾ ਖਾਣ ਵਾਲੇ ਬੰਦੇ ਦੇ ਉੱਤੇ ਕਦੇ ਯਕੀਨ ਨਹੀਂ ਕੀਤਾ ਜਾ ਸਕਦਾ ਹਮੇਸ਼ਾ ਕਸਮ ਖਾਣ ਵਾਲਾ ਬੰਦਾ ਝੂਠਾ ਹੁੰਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਡੀਆਂ ਕਸਮਾਂ ਦੇ ਉੱਤੇ ਸਾਨੂੰ ਕੋਈ ਯਕੀਨ ਨਹੀਂ ਹੈ ਪਰ ਸਿੰਘਾਂ ਨੇ ਮਾਤਾ ਜੀ ਨੇ ਬਾਰ-ਬਾਰ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਆਪਾਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਟੁਰ ਚਲੀਏ। ਅਖੀਰ ਨੂੰ ਜਦੋਂ ਸਤਗੁਰਾਂ ਨੇ ਇਹਨਾਂ ਦੀ ਸਾਰੇ ਸਿੰਘਾਂ ਦੀ ਵੀ ਇਹ ਬੇਨਤੀ ਸੀ ਗੁਰਦੇਵ ਨੇ ਆਖਿਆ ਚਲੋ ਤੁਹਾਨੂੰ ਇਹਨਾਂ ਦੀਆਂ ਕਸਮਾਂ ਬਖਾ ਦਈਏ ਪਰਖ ਕੇ। ਗੁਰਦੇਵ ਨੇ ਹੁਕਮ ਕਰ ਦਿੱਤਾ ਬਾਹਰ ਸੁਨੇਹਾ ਭੇਜ ਦਿੱਤਾ ਵੀ ਪਹਿਲਾਂ ਸਾਡੀ ਸਾਰੀ ਸੰਪਦਾ ਵਿਭੂਤੀ ਜਾਏਗੀ। ਗੱਡੇ ਮੰਗਾ ਲੈ ਉਹਨਾਂ ਗੱਡਿਆਂ ਦੇ ਵਿੱਚ ਜਿੰਨਾ ਟੁੱਟਾ ਭੱਜਾ ਸਮਾਨ ਪਿਆ ਹੋਇਆ ਸੀ ਕਿਲੇ ਦੇ ਵਿੱਚ ਜੁੱਤੀਆਂ ਸਨ ਜਾਂ ਹੋਰ ਪੁਰਾਣਾ ਜਿੰਨਾ ਵੀ ਸਮਾਨ ਸੀ ਇੱਥੋਂ ਤੱਕ ਜਿਹੜੇ ਘੋੜੇ ਮਰ ਗਏ ਸਨ ਉਹਨਾਂ ਦੇ ਹੱਡ ਬਗੈਰਾ ਉਹ ਉਹਨਾਂ ਗੱਡਿਆਂ ਦੇ ਉੱਤੇ ਲੱਦ ਕੇ ਉੱਤੇ ਕੀਮਤੀ ਦੁਸ਼ਾਲੇ ਪਾ ਦਿੱਤੇ ਦੁਸ਼ਾਲੇ ਪਾ ਕੇ ਜਿਹੜੇ ਬਲਦ ਸਨ ਉਹਨਾਂ ਬਲਦਾਂ ਦੇ ਸਿੰਘਾਂ ਦੇ ਉੱਤੇ ਮਿਸ਼ਾਲਾਂ ਬੰਨ੍ਹ ਦਿੱਤੀਆਂ ਰਾਤ ਦੇ ਵੇਲੇ ਮਹਾਰਾਜ ਜੀ ਨੇ ਉਹ ਗੱਡੇ ਜਦੋਂ ਬਾਹਰ ਨੂੰ ਟੋਰੇ ਮਸ਼ਾਲਾਂ ਦੀ ਜਿਹੜੀ ਅੱਗ ਦੀ ਚਮਕ ਦੁਸ਼ਾਲਿਆਂ ਤੇ ਪੈਂਦੀ ਸੀ ਉਹਨੂੰ ਵੇਖ ਕਰਕੇ ਦੁਸ਼ਮਣਾਂ ਨੂੰ ਏਦਾਂ ਪ੍ਰਤੀਤ ਹੋਇਆ ਵੀ ਸੋਨਾ ਚਾਂਦੀ ਜਾ ਰਿਹਾ ਗੁਰੂ ਸਾਹਿਬ ਜੀ ਦਾ ਉਹਨਾਂ ਦੇ ਮਨ ਵਿੱਚ ਇਹ ਸੰਦੇਹ ਸੀ ਕਿ ਗੁਰੂ ਸਾਹਿਬ ਜੀ ਦੇ ਕੋਲ ਬੜੇ ਬੇਅੰਤ ਖਜ਼ਾਨੇ ਨੇ ਸੰਗਤਾਂ ਬੇਅੰਤ ਆਉਂਦੀਆਂ ਹਨ ਇਹ ਖਜ਼ਾਨਾ ਗੁਰੂ ਸਾਹਿਬ ਜੀ ਦਾ ਜਾ ਰਿਹਾ ਹੈ ਆਪਣੀਆਂ ਕਸਮਾਂ ਨੂੰ ਉਸੇ ਵੇਲੇ ਤੋੜ ਕੇ ਜਦੋਂ ਭੱਜ ਕੇ ਹਮਲਾ ਕਰਕੇ ਗੱਡਿਆਂ ਨੂੰ ਖੋਣ ਵਾਸਤੇ ਗਏ ਤਾਂ ਉੱਥੇ ਉਹਨਾਂ ਨੂੰ ਕੇਵਲ ਪੁਰਾਣਾ ਸਮਾਨ ਟੁੱਟੀਆਂ ਜੁੱਤੀਆਂ ਜਿਨ੍ਹਾਂ ਦੇ ਉਹ ਲੈ ਕਿਸਨ ਉਹੀ ਉਹਨਾਂ ਨੂੰ ਪ੍ਰਾਪਤ ਹੋਈਆਂ ਅਖੀਰ ਨੂੰ ਬੜੇ ਸ਼ਰਮਿੰਦਾ ਹੋਏ ਕਿ ਅਸੀਂ ਆਪਣੀਆਂ ਕਸਮਾਂ ਵੀ ਤੋੜੀਆਂ ਪਰ ਹਾਸਲ ਵੀ ਕੁਝ ਨਹੀਂ ਹੋਇਆ ਕਲਗੀਧਰ ਜੀ ਨੇ ਆਖਿਆ ਖਾਲਸਾ ਜੀ ਵੇਖੋ ਜਿਨ੍ਹਾਂ ਦੀਆਂ ਕਸਮਾਂ ਦੇ ਉੱਤੇ ਤੁਸੀਂ ਯਕੀਨ ਕਰਦੇ ਸੋ ਇਹ ਕਿੱਦਾਂ ਦੀ ਵਰਤੀ ਦੇ ਲੋਕ ਹਨ ਹੁਕਮ ਕੀਤਾ ਆਖਿਆ ਖਾਲਸਾ ਜੀ ਹੱਥ ਨੂੰ ਤੇਲ ਲਾ ਕੇ ਜਿਨਨੇ ਤਿਲ ਲੱਗ ਜਾਣ ਹੱਥ ਦੇ ਉੱਤੇ ਦੁਸ਼ਮਣ ਇਨੀਆਂ ਕਸਮਾਂ ਵੀ ਖਾ ਕੇ ਤੁਹਾਨੂੰ ਕਹੇ ਕਿ ਭਾਈ ਅਸੀਂ ਇਨੀਆਂ ਕਸਮਾਂ ਖਾਂਦੇ ਹਾਂ ਫਿਰ ਵੀ ਖਾਲਸੇ ਨੇ ਕਦੇ ਯਕੀਨ ਨਹੀਂ ਕਰਨਾ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਸ ਵੇਲੇ ਦੀਨੇ ਕਾਂਗੜ ਦੀ ਧਰਤੀ ਤੇ ਜ਼ਫਰਨਾਮਾ ਲਿਖ ਕੇ ਭੇਜਿਆ ਸੀ ਉਸ ਵੇਲੇ ਔਰੰਗੇ ਨੂੰ ਬੰਗਾਰਦਿਆਂ ਹੋਇਆਂ ਕਿਹਾ ਸੀ ਮਰਾ ਇਤਬਾਰੇ ਬਰੀ ਕਸਮ ਨੇਸ ਫਾਰਸੀ ਦਾ ਸ਼ੇਰ ਉਚਾਰਿਆ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਰੰਗਜੀਤ ਸਾਨੂੰ ਤੇਰੀਆਂ ਕਸਮਾਂ ਤੇ ਰੰਚਕਪੁਰ ਵੀ ਯਕੀਨ ਨਹੀਂ ਸੀ ਰੰਚਕਪੁਰ ਵੀ ਤੇਰੀਆਂ ਕਸਮਾਂ ਤੇ ਸਾਨੂੰ ਭਰੋਸਾ ਨਹੀਂ ਸੀ ਪਰ ਸਾਡੇ ਸਿੰਘਾਂ ਦੇ ਬਾਰ ਬਾਰ ਕਹਿਣ ਤੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਜਦੋਂ ਖਾਲਸੇ ਨੇ ਬਾਰ ਬਾਰ ਬੇਨਤੀਆਂ ਕੀਤੀਆਂ ਮਹਾਰਾਜ ਆਪਾਂ ਟੁਰ ਚੱਲੀਏ ਗੁਰਦੇਵ ਨੇ ਬਚਨ ਕੀਤਾ ਸੀ ਖਾਲਸਾ ਜੀ ਕੁਝ ਸਮਾਂ ਹੋਰ اٹਕ ਜਾਓ ਕਿਉਂਕਿ ਉਧਰ ਦੁਸ਼ਮਣ ਵੀ ਜਾਣ ਨੂੰ ਤਿਆਰ ਬੈਠਾ ਸੀ ਜੈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨ ਕੇ ਕੁਝ ਸਮਾਂ ਆਨੰਦਪੁਰ ਸਾਹਿਬ ਹੋਰ ਟਿਕ ਜਾਂਦੇ ਤੇ ਦੁਸ਼ਮਣ ਨੂੰ ਘੇਰਾਬੰਦੀ ਚੁੱਕ ਕੇ ਜਾਣਾ ਪੈਣਾ ਸੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੈਸਾ ਸੈਨਾਪਤੀ ਦੁਨੀਆ ਵਿੱਚ ਵਿਸ਼ਵ ਵਿੱਚ ਕੋਈ ਦੂਜਾ ਨਹੀਂ ਹੈ ਗੁਰਦੇਵ ਜਾਣਦੇ ਸਨ ਕਿ ਇਹ ਨੀਤੀ ਵੀ ਹੈ ਕਿ ਜਿਹੜੇ 8 ਮਹੀਨਿਆਂ ਤੋਂ ਦੁਸ਼ਮਣ ਬਾਹਰ ਬੈਠੇ ਨੂੰ ਕਿੰਨੇ ਪਰੇਸ਼ਾਨ ਹੋਣਗੇ ਉਹ ਵੀ ਤਾਂ ਕਾਲੇ ਪਏ ਹੋਏ ਸੀ ਜਾਣ ਵਾਸਤੇ ਪਰ ਸਿੰਘਾਂ ਦੇ ਬਾਰ ਬਾਰ ਕਹਿਣ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਣ ਦੀਆਂ ਤਿਆਰੀਆਂ ਕੀਤੀਆਂ ਆਖਿਆ ਕਮਰ ਕਸੇ ਕਰੋ ਖਾਲਸਾ ਜੀ ਆਨੰਦਪੁਰ ਸਾਹਿਬ ਤੋਂ ਚਾਲੇ ਮਾਰਨੇ ਹਨ ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਰਿਵਾਰ ਸਮੇਤ ਫੌਜਾਂ ਸਮੇਤ 6 ਤੇ 7 ਪੋਹ ਦੀ ਵਿਚਾਲੀ ਰਾਤ ਸੀ ਆ ਜਿਹੜਾ ਪੋਹ ਦਾ ਮਹੀਨਾ ਆਉਣਾ 6 ਤੇ 7 ਪੋ ਦੀ ਵਿਚਾਲੀ ਰਾਤ ਗੁਰੂ ਖਾਲਸਾ ਜੀ ਬੜੀ ਦਰਦਨਾਖ ਭਿਆਨਕ ਰਾਤ ਹੈ ਇਸ ਰਾਤ ਨੂੰ ਮੇਰੇ ਸਹਿਬ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਰਾ ਪਰਿਵਾਰ ਚਾਰੋਂ ਸਹਿਬਜਾਦੇ ਮਾਤਾਂ ਜੀ ਸਹਿਬ ਜੀ ਤੋਂ ਵਿਛੜ ਗਏ ਸਨ ਜਿੱਥੇ ਅੱਜ ਕੱਲ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਏਮਾਨ ਹੈ ਮੁੜ ਕੇ ਚਾਰੋਂ ਸਹਿਬਜਾਦਿਆਂ ਦਾ ਸਰੀਰ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਰਲ ਮੇਲਾ ਨਹੀਂ ਹੋਇਆ 6 ਤੇ 7 ਪੋ ਦੀ ਵਿਚਾਲੀ ਰਾਤ ਨੂੰ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਤਿਆਰੀਆਂ ਕੀਤੀਆਂ ਨਗਾਰੇ ਤੇ ਚੋਬਾਂ ਵੱਜੀਆਂ ਦੁਸ਼ਮਣ ਨੂੰ ਪਤਾ ਸੀ ਕਲਗੀਆਂ ਵਾਲੇ ਪਾਤਸ਼ਾਹ ਜਾਣ ਦੀ ਤਿਆਰੀ ਕਰਕੇ ਚਾਲੇ ਮਾਰਨ ਲੱਗੇ ਹਨ ਅੱਧੀ ਕੁ ਰਾਤ ਦਾ ਵੇਲਾ ਸੀ ਜਦੋਂ ਗੁਰਦੇਵ ਜੀ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਾਹਰ ਨਿਕਲੇ ਜਦੋਂ ਥੋੜਾ ਜà ਦੂਰ ਚੱਲ ਕੇ ਗਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ ਭਾਈ ਚੌਪਾ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਉਹਦੇ ਸਿੰਘ ਜੀ ਵਰਗੇ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਵਰਗੇ ਭਾਈ ਮਾਨ ਸਿੰਘ ਜੀ ਵਰਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਅਨੰਨ ਸੇਵਕ ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ-ਨਾਲ ਜਾ ਰਹੇ ਨੇ ਮਾ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਐ ਕਿ ਜਦੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਥੋੜਾ ਜਿਹਾ ਘੋੜਾ ਟੋਰਦੇ ਨੇ ਤੇ ਘੋੜਾ ਟੋਰ ਕੇ ਫਿਰ ਪਿਛਾਂ ਨੂੰ ਵੇਖਦੇ ਐ ਥੋੜਾ ਜਿਹਾ ਫਿਰ ਟੋਰਦੇ ਆ ਘੋੜੇ ਨੂੰ ਫਿਰ ਪਿਛਾਂ ਵੱਲ ਤੱਕਦੇ ਨੇ ਪਿਛਲੇ ਪਾਸੇ ਭਾਈ ਚੌਪਾ ਸਿੰਘ ਜੀ ਜੋ ਸਹਿਬਜ਼ਾਦਿਆਂ ਦੇ ਖਿਡਾਵੇ ਸਨ ਭਾਈ ਚੌਪਾ ਸਿੰਘ ਜੀ ਦਾ ਅਮਰਤ ਛਕਣ ਤੋਂ ਪਹਿਲਾਂ ਨਾਮ ਭਾਈ ਚੌਪਤ ਰਾਏ ਸੀ ਇਹਨਾਂ ਦੇ ਲਿਖੇ ਹੋਏ ਰਹਿਤ ਨਾਮੇ ਵੀ ਗੁਰੂ ਖਾਲਸਾ ਜੀ ਪ੍ਰਾਪਤ ਹੁੰਦੇ ਨੇ ਜਿਨ੍ਹਾਂ ਵਿੱਚ ਖਾਲਸੇ ਪੰਥ ਨੂੰ ਰਹਿਣੀ ਬਹਿਣੀ ਭਾਈ ਚੌਪਾ ਸਿੰਘ ਜੀ ਨੇ ਦੱਸੀ ਜੋ ਉਹਨਾਂ ਨੇ ਕਲਗੀਧਰ ਜੀ ਕੋਲੋਂ ਸਿੱਖੀ ਹੈ ਪੁਰਾਤਨ ਰਹਿਤ ਨਾਮੇ ਭਾਈ ਦੇਸਾ ਸਿੰਘ ਜੀ ਦੇ ਭਾਈ ਦਇਆ ਸਿੰਘ ਜੀ ਦੇ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਦੇ ਭਾਈ ਪ੍ਰਹਲਾਦ ਸਿੰਘ ਜੀ ਦੇ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਦੇ ਰਹਿਤ ਨਾਮੇ ਜਿਹੜੇ ਨੂੰ ਸਾਨੂੰ ਪੁਰਾਣੇ ਮਿਲਦੇ ਹਨ ਉਹ ਗੁਰਸਿੱਖਾਂ ਨੂੰ ਰਹਿਤ ਨਾਮੇ ਪੜ੍ਹਨੇ ਚਾਹੀਦੇ ਨੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਜੋ ਪਟਿਆਲੇ ਦੇ ਰਹਿਣ ਵਾਲੇ ਸਨ ਉਹਨਾਂ ਨੇ ਉਹਨਾਂ ਸਾਰੇ ਪ੍ਰਾਤਨ ਰਹਿਤਨਾਮਿਆਂ ਨੂੰ ਇੱਕ ਪੁਸਤਕ ਦਾ ਰੂਪ ਦਿੱਤਾ ਹੈ ਛੋਟੀ ਜਿਹੀ ਉਹ ਪੁਸਤਕ ਹੈ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਉਹ ਪੁਸਤਕ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਰਹਿਤਨਾਮੇ ਦੱਸੇ ਨੇ ਖਾਲਸੇ ਨੂੰ ਰਹਿਣੀ ਬਹਿਣੀ ਦੱਸੀ ਹੈ ਵੀ ਖਾਲਸੇ ਨੇ ਕਿਸ ਪ੍ਰਕਾਰ ਨਾਲ ਕਿਵੇਂ ਰਹਿਣੀ ਬਹਿਣੀ ਵਿੱਚ ਪਰਪੱਕ ਰਹਿਣਾ ਹੈ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਨੇ ਜਦੋਂ ਬਾਬਾਜੀਤ ਸਿੰਘ ਜੀ ਨੂੰ ਵੇਖਿਆ ਵੀ ਪਿੱਛੇ ਬੁੜਮੁੜ ਘੜੀਮੁੜੀ ਵੇਖਦੇ ਨੇ ਉਹਨਾਂ ਆਖਿਆ ਲਾਲ ਜੀ ਪਿੱਛੇ ਮੁੜਮੁੜ ਕੀ ਵੇਖਦੇ ਹੋ ਤੋ ਬਾਬਾਜੀਤ ਸਿੰਘ ਜੀ ਨੇ ਬੇਨਤੀ ਕੀਤੀ ਬਾਪੂ ਜੀ ਕਿਉਂਕਿ ਖੜਾਵੇ ਸੀ ਸਹਿਬਜ਼ਾਦਿਆਂ ਨੂੰ ਖੜਾਇਆ ਕਰਦੇ ਸੀ ਬਚਪਨ ਚ ਆਖਿਆ ਬਾਪੂ ਜੀ ਮੈਂ ਵੇਖਦਾ ਹਾਂ ਕਿ ਜਿਸ ਆਨੰਦਪੁਰ ਸਾਹਿਬ ਵਿੱਚ ਸਾਡਾ ਬਚਪਨ ਬੀਤਿਆ ਹੈ ਜਿਸ ਆਨੰਦਪੁਰ ਸਾਹਿਬ ਵਿੱਚ ਅਸੀਂ ਆਪਣੇ ਪਿਤਾ ਦੀ ਗੋਦ ਵਿੱਚ ਖੇਡੇ ਹਾਂ ਜਿਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਆਪਣੇ ਪਿਤਾ ਜੀ ਪਾਸੋਂ ਵਿਦਿਆ ਗ੍ਰਹਿਣ ਕੀਤੀ ਹੈ ਜਿਸ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਗੁਰਮਤਿ ਦੀ ਰਹਿਣੀ ਬਹਿਣੀ ਸਿੱਖੀ ਹੈ ਉਸ ਆਨੰਦਪੁਰ ਸਾਹਿਬ ਦੇ ਦਰਸ਼ਨ ਭਲਾ ਸਾਨੂੰ ਦੁਬਾਰਾ ਹੋਣਗੇ ਕਿ ਅਸੀਂ ਦੁਬਾਰਾ ਆਨੰਦਪੁਰ ਸਾਹਿਬ ਕਦੇ ਮੁੜਾਵਾਂਗੇ ਮੈਂ ਇਸ ਕਰਕੇ ਵੇਖਦਾ ਹਾਂ ਆਨੰਦਪੁਰ ਸਾਹਿਬ ਵੱਲ ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਨੇ ਜਦੋਂ ਬਾਬਾ ਜੀਤ ਸਿੰਘ ਜੀ ਦਾ ਇਹ ਸਵਾਲ ਸੁਣਿਆ ਇੱਕਦਮ ਧਾ ਨਿਕਲੀ ਉੱਚੀ ਭਾਈ ਚੌਪਾ ਸਿੰਘ ਦੀ ਧਾ ਸੁਣ ਕੇ ਕਲਗੀਧਰ ਪਾਤਸ਼ਾਹ ਪੁੱਛਦੇ ਆ ਚੌਪਾ ਸਿੰਘ ਜੀ ਕੀ ਗੱਲ ਹੈ ਆਖਿਆ ਮਹਾਰਾਜ ਆਪ ਜੀ ਦਾ ਲਾਲ ਮੇਰੇ ਪਾਸੋਂ ਇੱਕ ਸਵਾਲ ਪੁੱਛਦਾ ਹੈ ਜਿਸ ਦਾ ਜਵਾਬ ਮੇਰੇ ਕੋਲ ਨਹੀਂ ਹੈ ਕੀ ਪੁੱਛਦੇ ਨੇ ਪੁੱਛਦੇ ਨੇ ਕਿ ਆਨੰਦਪੁਰ ਸਾਹਿਬ ਦੇ ਦੁਬਾਰਾ ਦਰਸ਼ਨ ਹੋਣਗੇ ਜੇਸਾ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਨਿਤ ਖੇਡੇ ਹਾਂ ਜਿੱਥੇ ਸਾਡਾ ਬਚਪਨ ਬੀਤਿਆ ਹੈ ਜਿੱਥੇ ਅਸੀਂ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਹੈ ਕਿ ਉਸ ਆਨੰਦਪੁਰ ਸਾਹਿਬ ਦੇ ਦ دیدار ਸਾਨੂੰ ਦੁਬਾਰਾ ਹੋਣਗੇ ਇਹ ਪੁੱਛਦੇ ਆ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਇੱਕ ਜੀਭਾ ਦੇ ਨਾਲ ਬਿਆਨ ਨਹੀਂ ਹੋ ਸਕਦੀਆਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹੋਰ ਸਿਫਤਾਂ ਆਪਾਂ ਅਗਲਿਆਂ ਪ੍ਰਸੰਗਾਂ ਦੇ ਵਿੱਚ ਵਿਚਾਰਾਂਗੇ ਕਥਾ ਦੀ ਹਾਜ਼ਰੀ ਭਰਦਿਆਂ ਵਿਚਾਰਾਂ ਕਰਦੇ ਆਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਸਿਫਤਾਂ ਕਰਦੇ ਆਂ ਗੁਰੂ ਕੇ ਲਾਲਾਂ ਦੀਆਂ ਸਿਫਤਾਂ ਕਰਦੇ ਆਂ ਉਹਨਾਂ ਦਾ ਇਤਿਹਾਸ ਵਰਣਨ ਕਰਦੇ ਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ ਕਰਨੀ ਜੀ ਅਰਦਾਸ ਕਰਨੀ ਸਤਗੁਰੂ ਜੀ ਅੱਗੇ ਵਾਸਤੇ ਸੱਤ ਬੁੱਧੀ ਤੇ ਸਮੱਤ ਪ੍ਰਦਾਨ ਕਰਨ ਗਾਜ ਵਜ ਕੇ ਫਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ